जेठ जी तुहानू कुछ पता नहीं लगता किसी दे रूम च आउण तों पहला ना दरवाजा खड़काई दा आ दरवाजे नू मार गोली जड़े बड़े आपां खाखी नंग समझदे आ ओह एक करोड़ दा मालक आ एक करोड़ दा किद्दा ना यार ना सिद्दा ना पुट्ठा बिल्कुल छट्टा जाता चलो विशेंटी किथे मर गया जी आया उई 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 की होया डॉली डार्लिंग सुखता है ना वे सुख किथे है कंजरा अपने नाल बहुत वड्डा धोखा हो चलिया सी अच्छा ओ किद्दा बापू ने करोड़ा रुपया दा बीमा करा रख्या ओ भी सारे तो चोरी ते बापू दे मरन तो बाद सारा पैसा सत्ता दे काला कल्ले हड़पना चाहुंदे आ नहीं मुखो नहीं कुड़े तेरे भरा आए ने रंगा ते बिल्ला हाय मेरे बदमाश वीर आ गए रंगा बिल्ला ए मेरे साले फेर आ गए साले मैं इस घर दा जमाई आ इज्जत करनी सिखो पराने दी जी साला ओ गाड़ ना कट ओ सत्ते फड़ी नु क्यों मारदी पियो यार मार दे तू चल मारी छड़ दो मेरी उई तोड़ छड़ी है हुन नहीं बादी मैनू लगदा यार खेतीबाड़ी का प्रोग्राम छट पड़ा गाना सुनते हैं की चल खिलारी जाना ओ नुहाती आना संग कर ला पूरा ओ मैं मन परचावाई कर रहे हां मैं कहना नंगा होके नचने ओरे नाले पुट्ठा सीधा नचना ना मेनू तेरी घर आई ने सिखाया समझे ओहो बापूजी तुसी ते सारा स्टेप गलत कर रहे हो एदा थोड़ी सिखाया सी जिद्दा सिखाया सी ओदा तो तुसी कर ही नहीं रहे अच्छा एक काम करो मैं ना तुहाडी वीडियो बनानी आ ते असी तुहाडी वीडियो ना YouTube ते पावांगे ते देखियो तुहाडी वीडियो किन्नी वायरल होएगी चलो ओ तुसी ऐ करो रल के आर्केस्ट्रा खोल लो ओ नाले चार पैसे आ जा करनगे नाले थोड़ा शौक पूरा होजू ओ बापू मैं बणू स्टेज सेक्रेटरी तेरा ते नाले भाभी दा सत्ते नूं आपां पैसे चक्कण रख लांगे फिर देखी किन्ने प्रोग्राम मिलणगे भाभी सोहणी है बहुत आ क्यों भाभी तुसी वी ना जेठ जी बस हायो मेरा रब्बा ओ केड़ी मेंटल फैमिली जमता मैनू तू उधर चल ओ हां नाले खबरदार जे बापू नु अगे तो उल्टा सीधा स्टेप सिखाया हां चल दी हां वैसे भी इस घर च मेरे टैलेंट दी कोई कदर ही नहीं हैगी बाबी ओ काले भाई ओए संग कर ला पूरा तेरी छोटी भरजाई आहो ओ तेरा अबदा दा हुंदा नहीं मेरी भी भजाएगा तू ओ काले ए अपने ते इतना गुस्सा कतों हुंदा यार
ਉਹ ਬਾਪੂ ਇਹ ਤਾਂ ਉਈਆਂ ਚੋਂ ਉੱਧਰ ਝੜੀ ਜਾਂਦਾ, ਤੂੰ ਉਹਨੂੰ ਛੱਡ, ਤੂੰ ਮੈਨੂੰ ਉਹ ਸਟੈਪ ਸਿਖਾ ਜਿਹੜਾ ਤੈਨੂੰ ਭਾਬੀ ਨੇ ਸਿਖਾਇਆ, ਮੈਨੂੰ ਵੀ ਕਿਤੇ ਨੱਚਣਾ ਪੈ ਸਕਦਾ। ਅੱਛਾ ਹਾਂ ਲੈ ਲੱਗ ਗਿਆ। ਹੈਪੀ ਬਰਥਡੇ ਤੇ ਤੇਰੇ, ਗਿਫਟ ਆਈਫੋਨ ਕਰਾਂਗੇ, ਸਾਡੇ ਨਾਲ ਲਾ ਲੈ ਯਾਰੀ, ਹਰ ਟੈਨਸ਼ਨ ਦੂਰ ਕਰਾਂਗੇ, ਮੇਰੇ ਮੇਰੇ ਪਿਆਰ ਦੀ ਜਦੀ ਸਮਾਨੀ ਚੱਲ ਜਾਉ ਗੁੱਡੀ 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 ਓ ਮੇਰੀ ਬੁੱਗੀ। ਬਿਮਲੇ ਨੂੰ ਫੋਨ ਲਾ ਕੇ ਦੇਖਦੇ ਆ ਕੀ ਕਹਿੰਦਾ ਉਹ। ਹੈਲੋ, ਓਏ ਹੌਲੀ ਬੋਲ ਕੰਜਰ ਦਿਆ। ਉਹ ਮੈਨੂੰ ਪਤਾ ਹੈ ਵੀ ਮੇਰਾ 1 ਕਰੋੜ ਦਾ ਬੀਮਾ ਹੋਇਆ ਪਿਆ। 1 ਕਰੋੜ ਦਾ ਬੀਮਾ? ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋ ਜੇ। ਹਾਂ, ਨਾਲੇ ਇਹ ਪੈਸੇ ਮੈਂ ਉਹਨੂੰ ਦਊਂ ਜਿਹੜਾ ਮੇਰੀ ਸੇਵਾ ਕਰੂ, ਨਹੀਂ ਮਰਨ ਤੋਂ ਪਹਿਲਾਂ ਸਾਰੇ ਪੈਸੇ ਦਾਨ ਕਰ ਜਾਊਂ ਕਿਸੇ ਨੂੰ। ਹਾਂ ਹੈ ਮੈਂਟਲ ਬੁੜਾ, 1 ਕਰੋੜ ਰੁਪਇਆ ਦਾਨ ਕਰਨ ਫਿਰਦਾ ਅਸੀਂ ਮਰ ਕੇ। ਨਾਲੇ ਇੱਕ ਗੱਲ ਹੋਰ ਸੁਣ ਮੇਰੀ, ਉਹ ਤੂੰ ਐਂ ਕਰੀ ਓਏ, ਜਿੱਦਾਂ ਕਿਤੇ ਗਏ ਹੋਏ ਨਾ ਮੈਂ ਤੈਨੂੰ ਫੋਨ ਕਰ ਦੂੰ, ਤੂੰ ਕਾਗਜ਼ਾਂ 'ਤੇ ਆਪਣਾ ਅੰਗੂਠਾ ਇਕੱਠਾ ਲਵਾ ਜੀ ਆ ਕੇ। ਅੱਛਾ, ਸਾਹਮਣੇ ਅਸੀਂ ਮਰ ਕੇ ਤੇ 1 ਕਰੋੜ ਰੁਪਇਆ ਕਿਸੇ ਹੋਰ ਨੂੰ? ਬੱਲੇ ਉਹ ਚਲਾਕ ਸੱਜਣਾ, ਐਂ ਕਿਵੇਂ ਦਾਨ ਕਰ ਦੂੰ? ਉਹ ਜਿੰਨਾ ਚਿਰ ਕਾਲਾ ਜਿਉਂਦਾ ਪੰਜੀ ਨਹੀਂ ਕਿਸੇ ਪਾਸੇ ਜਾਣ ਦਿੰਦਾ। ਠੀਕ ਆ, ਚੱਲ ਫੋਨ ਕੱਟ। ਕਾਲਾ ਮਰਦਾ ਮਰਜੂ ਪਰ ਪੈਸਾ ਨਹੀਂ ਖਰਾਬ ਹੋਣ ਦਿੰਦਾ। ਹੁਣੇ ਜਾ ਕੇ ਸਾਰੀ ਗੱਲ ਸੱਤੇ ਨੂੰ ਦੱਸਦਾ। ਚੱਲ ਕਾਲਿਆ, ਉਹ ਖੜ ਜਾ, ਪਹਿਲਾਂ ਪਿਸ਼ਾਬ ਤਾਂ ਕਰ ਲਾ, ਵਿੱਚ ਰਹਿ ਗਿਆ ਸੀ ਜੀ। ਮੇਰੀ ਨਾ ਗੱਲ ਸੁਣੋ, ਤੁਸੀਂ ਮੈਨੂੰ ਉਹ ਪੀਲਾ ਖੱਟਾ ਖੱਟਾ ਜਿਹਾ ਟੌਪ ਕਦੋਂ ਲੈ ਕੇ ਦਓਗੇ? ਉਹ ਇੱਕ ਤਾਂ ਤੇਰਾ ਪੀਲਾ ਟੌਪ ਨਹੀਂ ਮੁੱਕਦਾ ਏ ਯਾਰ, ਮੈਂ ਕਿੰਨੇ ਟਾਈਮ ਦਾ ਕਿਹਾ ਆ, ਤੁਸੀਂ ਮੈਨੂੰ ਲੈ ਕੇ ਨਹੀਂ ਦਿੰਦੇ। ਸੱਤੇ, ਉਹ ਸੱਤੇ, ਉਹ ਗੱਲ ਸੁਣੋ ਯਾਰ। ਜੇਠ ਜੀ, ਤੁਹਾਨੂੰ ਕੁਝ ਪਤਾ ਨਹੀਂ ਲੱਗਦਾ, ਕਿਸੇ ਦੇ ਰੂਮ 'ਚ ਆਉਣ ਤੋਂ ਪਹਿਲਾਂ ਨਾ ਦਰਵਾਜ਼ਾ ਖੜਕਾਈਦਾ ਆ। ਉਹ ਦਰਵਾਜ਼ੇ ਨੂੰ ਮਾਰ ਗੋਲੇ, ਉਹ ਜਿਹੜੇ ਬੁੜੇ ਨੂੰ ਆਪਾਂ ਖਾਖੀ ਨੰਗ ਸਮਝਦੇ ਆ, ਉਹ 1 ਕਰੋੜ ਦਾ ਮਾਲਕ ਆ, 1 ਕਰੋੜ ਦਾ। ਨਾ ਨਾ, ਕੋਰਾ ਝੂਠ ਹੈ ਨਾ, ਉਹਦੇ ਕੋਲ ਤਾਂ ਜਰਦ ਦੀ ਪੂੜੀ ਜੋਗੇ ਪੈਸੇ ਨਹੀਂ, ਉਹ ਕਿਵੇਂ ਹੋ ਸਕਦਾ 1 ਕਰੋੜ ਦਾ ਮਾਲਕ? ਕੱਲ ਤਾਂ ਵਿਚਾਰੇ ਨੇ 10 ਰੁਪਏ ਮੰਗੇ ਮੇਰੇ ਤੋਂ ਅਜੇ। ਓਏ, ਮੈਂ ਹੁਣੇ ਕੰਨੀ ਸੁਣ ਕੇ ਆਇਆ, ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਹ 1 ਕਰੋੜ ਰੁਪਏ ਬਾਰੇ। ਜੇ ਨਹੀਂ ਯਕੀਨ ਆਉਂਦਾ, ਆਜੋ ਆਜੋ ਮੇਰੇ ਨਾਲ ਚੱਲੋ, ਆਜੋ 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 ਮੇਰੇ ਨਾਲ ਚੱਲੋ। ਕਰੋੜ? ਚੱਲ ਠੀਕ ਆ, ਕੱਟ ਫੋਨ। ਹੈਂ, ਬਿਮਲ ਦਾ ਫਿਰ ਫੋਨ ਆ ਗਿਆ। ਉਹ ਹੈਲੋ, ਦੁਬਾਰੇ ਫੋਨ ਕਿਉਂ ਕਰੀ ਜਾਂਦਾ? ਉਹ ਤੈਨੂੰ ਕਹਿਤਾ ਦਿਆ ਜਿੱਥੇ ਕਿਤੇ ਮੱਸਿਆ ਪੁੰਨੇ ਦੇ ਨਹਾਉਣ ਗਏ ਉੱਥੇ ਆ ਜੀ, ਗੁੱਠੇ ਇਕੱਠੇ ਲਵਾ ਲਏ ਜੀ। ਨਾਲੇ ਦੱਸਣਾ ਤਾਂ ਕਿਸੇ ਨੂੰ ਵੀ ਮੇਰਾ 1 ਕਰੋੜ ਦਾ ਬੀਮਾ ਹੋਇਆ ਹੋਇਆ, ਸਮਝਿਆ? ਚੱਲ ਰੱਖ ਫੋਨ। ਹਾਏ, 1 ਕਰੋੜ! 1 ਕਰੋੜ 'ਚ ਕਿੰਨੀਆਂ ਜੀਰਵਾਂ ਹੁੰਦੀਆਂ ਹੋਣਗੀਆਂ? ਸਾਨੂੰ ਨਹੀਂ ਪਤਾ, ਤੈਨੂੰ ਪਤਾ। ਮੇਰੀ ਨਾ ਗੱਲ ਸੁਣੋ, ਮੈਨੂੰ ਨਾ ਪੀਲਾ ਟੌਪ ਲੈ ਦਿਓ। ਉਹ ਖੜ ਜਾ ਮੇਰੀ ਮਾਂ, ਹੁਣੇ ਨਾ ਲੈਣਾ ਤੈਨੂੰ ਪੀਲਾ ਟੌਪ। ਦੇਖੋ ਜੀ, ਅਡੇਲ ਜੇ ਨਾ ਕੱਢ ਮੇਰੇ ਕਾਣੀ, ਨਹੀਂ ਤਾਂ ਮੈਂ ਫੋਨ ਕਰਦਾ ਆਪਣੇ ਬਦਮਾਸ਼ ਵੀਰਾਂ ਨੂੰ। ਪਤਾ ਆ ਨਾ, ਸਿਰਕਟ ਬਦਮਾਸ਼ਾਂ ਦੀ ਭੈਣ ਆ ਮੈਂ। ਉਹ ਤੁਸੀਂ ਆਪਣੇ ਰੰਗ ਛੇੜ ਕੇ ਬਹਿ ਗਏ, ਉਧਰ ਬੁੜੇ ਨੇ 1 ਕਰੋੜ ਰੁਪਏ ਦਾ ਬੀਮਾ ਕਰਵਾਇਆ ਹੋਇਆ, ਉਹ ਇਹ ਰੁਪਈਆ ਆਪਾਂ ਨੂੰ ਉਦੋਂ ਮਿਲੂਗਾ ਜਿੱਦਣ ਬੁੜਾ ਮਰੂਗਾ, ਉਹ ਵੀ ਤਾਂ ਮਿਲੂਗਾ ਜੇ ਬੁੜਾ ਮਰਨ ਤੋਂ ਪਹਿਲਾਂ ਆਪਾਂ ਨੂੰ ਆਪਣੇ ਵਾਰਿਸ ਘੋਸ਼ਿਤ ਕਰੂਗਾ। ਫੇਰ ਨਹੀਂ ਮਿਲਦੀ ਜਵਾਨੀ, ਉਹ ਬੁੜੇ ਨੇ ਕਿਹੜਾ ਛੇਤੀ ਮਰਨਾ? ਇੱਕ ਆਈਡੀਆ। ਹਾਂ ਦੱਸ। ਜੇਕਰ ਬੁੜਾ ਨਹੀਂ ਮਰਦਾ ਤਾਂ ਆਪਾਂ ਮਾਰ ਦਿੰਨੇ ਆ। ਉਹ ਨਹੀਂ, ਐ ਤਾਂ ਫੜੇ ਜਾਵਾਂਗੇ, ਫੇਰ ਤਾਂ ਜੇਲ੍ਹ 'ਚ ਚੱਕੀ ਪੀਸਿੰਗ। ਓਏ ਨਹੀਂ, ਆਪਾਂ ਥੋੜੀ ਮਾਰਨਾ ਬੁੜੇ ਨੂੰ, ਬੁੜੇ ਨੂੰ ਤਾਂ ਮਾਰਨਗੇ ਮੇਰੇ ਸਿਰਕਟ ਵੀਰ ਰੰਗਾ ਤੇ ਬਿੱਲਾ। ਓ ਯਾਰ, ਬੱਕਰਾ ਖਾਧੇ ਨੂੰ ਬਹੁਤ ਦਿਨ ਹੋ ਗਏ, ਧਰੀਏ ਫਿਰ ਆਥਲੇ। ਚੱਕ ਲਿਆਉਣਿਆ ਕਿਸੇ ਦਾ, ਆਪਣੇ ਮੁੜੇ ਕਿਹੜਾ ਬੋਲ ਜੂ ਪਿੰਡ 'ਚੋਂ। ਓਏ, ਭੂਸੀਆਂ ਬੰਦ ਹੋ ਗਈਆਂ ਲੋਕਾਂ ਦੀਆਂ, ਜਦੋਂ ਦੋਨੋਂ ਭਾਈ ਲੰਘਦੇ ਨਾ ਬੀਹ ਦੇ ਵਿੱਚ ਦੀ, ਸਾਰਾ ਪਿੰਡ ਥਰ ਥਰ ਕੰਬਦਾ। ਮਜ਼ਾਰ ਆ ਕਿਸੇ ਦੀ ਸਾਲਾ ਕੋਈ
चू भी कर जे और मरना किसी ने चू करके ओए रंगे बिले करियो ओ केड़ा ओए साला ओ मैं आ थड़ा प्यो नजर साले ओ मेरे पैसे देने ने कि नहीं देने तुसी ओए हैं की मखौल बनाया तुसी भाई नजरा जिदी मर्जी सोच काला भाई 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 तेरी पंजी नहीं रख दे कर ली है बस भाई एक दिन का टाइम दे दे भाई 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 तेनू कालू मोड़दा है भाई पैसे कंजर होवे जड़ा तेनू कालू पैसे ना दे भाई बन के ओए कल कर रहा तुसी डूढ़ साल लगाता आज मैं पैसे लेके जाऊं बस कल तक का टाइम दे दे भाई हाड़े बस तेरे भाई नाजरा भाई भाई एक दिन का टाइम दे दे भाई तर लई है तेरे मुरे जिदी मर्जी सोच काला भाई तेरी पंजी नहीं रख दे बस कालू मोड़ दांगे भाई भाई सारी उम्र तेरे कास दा रहांगे भाई बन के हां कर दे हां भाई कालू दे दे देख मेरे साले किवें तीवियां वांगू कीरने पौंदे ने नजर जी अज तां साडे कोले पैसे है नहीं कल तक पैसे बचा दांगे मेरी गल सुन लो ज्यादा मेरे कल तक पैसे दे दो नहीं फिर मैं कट करूंगा और पूरी पंचायत च छित्र मारूंगा थोड़े मैं भाई कंजर होवे जेड़ा तेरे पैसे रखे भाई मोड़ दांगे पक्के मोड़ दांगे भाई बन के एक दिन का टाइम दे दे भाई हुण कालू पैसे मिलने चाहिए ने समझ आई गल हां भाई नहीं फिर देख लियो पैण दे यार मलंग ओ जा जा आया वड्डा पैसे लैन असीं दिने आ किसे दे पैसे जेड़े तेरे दवांगे सुख नाल जवानी भी तां बहुत है चौबर लगदे आ पूरे चौबर ऐ किवें खंघ जू अपने मूहरे डर के भज गया ऐ डरा देईदा आपां तां ओ मैं तां पहले ही कहा सी बिल्लिया अपने मूहरे किहड़ा खंघ जू ओ चल छड परे जान दे गुस्से नूं ओ भैण दा फोन आउण वाला है लै आ ही गया जी हैलो हैलो हाँ मुखो भैण पैरी पैना भैने पैरी पैना मैं भी पैरी पैना भैने ओ मैं क्या भैने खड्डा खोद देंगे असी तेनू पता ही है साडे बारे बंदा बंदा मारना कोई बहुती वड्डी गल नहीं तू फोन कट आ गए असी लै भी बिल्लिया मुखो दा सारा चकना पा यार ओ ऐ कर रंग्या हाँ गेड़ा तां लगना ही अपना ओ जीजे दी भैन भोली नू फोन कर दे इस बहाने मिलांगे कुवारी हुंदी चंद्री बाला मोया करदी सी ओए आहो नल आओ जी जा लागे रखूगी मैं हुण ही करदा फोन ला ला छेती कर ए आ ले हां चक लिया ओए लै कर गल हेलो पोली मैं बोलदा बिल्ला सत्ते दा साला तू ऐ करी मेरी गल सुनी बोली तेरे भरा पैसा दा हिस्सा पाउन लग्या ये चाहिदा 10-20 lakh ता चढ़िया बसे ओए अड्डे हुण तेनू मैं आप ही चक लू किद्दां ना यार नसदा ना पुट्ठा बिल्कुल छोटा जाता चलो अच्छा ता ए गल है बापू दा सारा पैसा सत्ता ते काला कल्ले कल्ले हड़पना चाहुंदे आ मैं भी उन्हां दी भैण आ मेरा भी पूरा हक है विश एंटी किथे मर गया शाबाश बल्ले बल्ले जी आया बापू ने करोड़ा रुपया दा बीमा करा रख्या ओ भी सारे तो चोरी ते बापू दे मरन तो बाद सारा पैसा सत्ता दे काला कल्ले हड़पना चाहुंदे आ मेरा भी पूरा हक है प्रॉपर्टी ते जिन्ना उन्हां दा है तू ऐ कर छेती तैयार हो जा आपां चलना ए तां भला होवे सत्ते दे सालियां दा जिन्हें मैनू फोन करता मैं तेरे कपड़े सुकने पाके हुने आया जस्ट 2 मिनट डार्लिंग जी दफा हो परा शाबाश बल्ले बल्ले शाबाश हाय हाय
जे ज्यादा नहीं ता घटो घट 20-25 लाख दा वट दे पिया। विश एंटी छेती तैयार हो जा। है पहला कदे पानी नहीं पूछा, आज खीर गजरेला परौठे पता नहीं क्या कुछ। बापू जी की सोचते पे हो, ओ छको ओ थोड़े लिए बनाया सारा कुछ है। जे पैक शक लाना तो आ चक बोतल पहले तोड़ दी, आखिर पापा साडा साडा भी तो फर्ज बनता थोड़ी सेवा करन दा। ना साले हो मैनु समझ नहीं आती थोड़ा फर्ज अज अचानक किवें जग गया, पहला तो कदे पानी नहीं फड़ाया। बापू जी की दसीए, रात में बेबे जी मेरे सुपने चाहे सी, मतलब मेरी सास, ते ओ कहंदे तुसी अपने बापू जी मतलब तुहाडे बारे गल करदे सी कि तुसी बिल्कुल संभाल नहीं करदे, ते जे तुसी इसे तरह करदे रहे ना तां मैं तुहाडे बापू नूं अपने कोल लै जाणा है। सो बापू जी तुहानूं ते पता ही है कि असी बेबे जी नूं तां खो ही चुके हां, हुण असी तुहानूं नहीं खो सकदे। रो को हरामियो आ बापू तैनूं हुण नहीं खो। ਤਾਂ ਬਾਪੂ ਜੀ ਅਸੀਂ ਨਾ ਹੁਣ ਇਹ ਸੋਚਿਆ ਹੈ ਕਿ ਅਸੀਂ ਨਾ ਹੁਣ ਤੁਹਾਡੀ ਪੂਰੀ ਸਾਂਭ ਸੰਭਾਲ ਤੁਹਾਡੀ ਪੂਰੀ ਕੇਅਰ ਕਰਿਆ ਕਰਨੀ ਹੈ, ਹੈ ਨਾ, ਹੈ ਨਾ। ਬਾਪੇ ਪਾ ਮੈਂ ਭਾਣਾ ਪੈਗ ਆ ਲੈ ਖਿੱਚ ਫਿਰ ਪੈਗ ਖਿੱਚ ਫਿਰ ਦੇਖੀ ਕਿਵੇਂ ਤੈਨੂੰ ਭੰਬੂ ਤਾਰੇ ਦਿੰਦੇ ਆ। ਹਾਂ ਉਹ ਖਿੱਚ ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਨਾ ਨਾ ਬਾਪੂ ਸਾਨੂੰ ਇਤਰਾਜ਼ ਹੋਣਾ। ਪੀਓ ਪੀਓ ਬਾਪੂ ਜੀ। ਕੀ ਪਤਾ ਹੈ ਕੱਲ ਦਾ, ਕਿੰਨੇ ਜੀਣਾ ਹੈ ਕਿੰਨੇ ਮਰਨਾ ਹੈ, ਹੈ ਨਾ, ਕੋਈ ਵੀ ਮਰ ਸਕਦਾ ਹੈ। ਬਿਲਕੁਲ ਬਿਲਕੁਲ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਤੁਹਾਡੀ ਸੇਵਾ ਕਰਕੇ। ਖਿੱਚੋ ਖਿੱਚੋ ਮੈਂ ਨਾ ਤੁਹਾਡੇ ਵਾਸਤੇ ਬਨਾਨਾ ਸ਼ੇਕ ਲੈ ਕੇ ਆਉਂਦੀ ਹਾਂ, ਫਰੈਸ਼, ਬਿਲਕੁਲ ਫਰੈਸ਼ ਕਰ ਦੋ ਟੱਲੀ। ਬਾਪੂ ਨੂੰ ਬਹੁਤ ਪਸੰਦ ਆ ਬਨਾਨਾ ਸ਼ੇਕ। ਸੱਤੇ ਪਾ ਪਾ ਪੈਗ ਪਾ ਬਾਪੂ ਨੂੰ, ਮੈਂ ਲੱਤਾਂ ਘੁੱਟਦਾ। ਦੇਖੀ ਜ਼ਿਆਦਾ ਨਾ ਹੋ ਜੇ। ਉਹ ਨਹੀਂ ਬਾਪੂ, ਬਸ ਬਸ। ਪਤਕਾਲੇ ਪੁੱਤ ਸੱਤੇ। ਹਾਂ ਬਾਪੂ, ਤੁਹਾਡੇ ਦਿਲਾਂ 'ਚ ਇੰਨਾ ਸਤਿਕਾਰ ਦੇਖ ਕੇ ਨਾ ਮੈਨੂੰ ਤਾਂ ਰੋਣਾ ਆਈ ਜਾਂਦਾ। ਸੱਤੇ ਕਾਲੇ ਬਾਪੂ, ਜੇ ਅੱਜ ਤੁਹਾਡੀ ਮਾਂ ਹੁੰਦੀ ਨਾ ਜਗੀਰ ਬਾਪੂ ਨਾ ਨਾ ਰੋਣਾ। ਪੈਗ ਪਾ ਦੋ ਪਾਪਾ ਜੀ, ਇਸ ਵੇਲੇ ਕਾਹਨੂੰ ਬੀਬੀ ਨੂੰ ਤੰਗ ਕਰੀ ਜਾਂਦੇ, ਸੁੱਤੇ ਪਿਓ ਵਿਚਾਰੀ। ਐ ਕਰ ਇਹ ਆ ਲਵਲੀ ਜਾ ਆ ਲੈ ਭਰ ਕੇ ਮਾਰ ਅੰਦਰ, ਫਿਰ ਅਸੀਂ ਵੀ ਰੋਟੀ ਖਾਣੀ ਆ। ਹਾਂ ਖਿੱਚ ਕੇ ਖਿੱਚ ਦੇਖਦਾ ਕੀ ਆ। ਬਸ ਪੁੱਤ ਹੋਰ ਨਾ ਪਿਓ, ਜ਼ਿਆਦੇ ਹੋ ਜੂਗੀ ਫਿਰ ਨੂੰਹਾਂ ਧੀਆਂ ਦਾ ਘਰ ਨਾ। ਸੱਤੇ ਕਾਲੇ ਤੇਰੀ ਬੇਬੇ ਦੀ ਯਾਦ ਆਉਂਦਾ ਓਏ। ਉਹ ਸਾਡੇ ਤੋਂ ਤੂੰ ਰੋਂਦਾ ਨਹੀਂ ਦੇਖਿਆ ਜਾਂਦਾ ਬਾਪੂ। ਕਾਲੇ ਮੈਨੂੰ ਲੱਗਦਾ ਹੋ ਗਿਆ ਟੈਟ, ਪੁੱਛੇ ਨੂੰ ਬਾਪੂ। ਓ ਬਾਪੂ ਬਾਪੂ ਆ ਗਈ, ਜਗੀਰ ਆ ਗਈ। ਓ ਤੂੰ ਸਾਨੂੰ ਕਦੇ ਕਰੋੜ ਰੁਪਏ ਵਾਲੇ ਬੀਮੇ ਬਾਰੇ ਦੱਸੇ ਨੇ? ਅੱਛਾ ਓ ਦੱਸਣਾ ਦੀ ਪੁੱਤ, ਬਸ ਉਹੀ ਨਿਕਲ ਗਿਆ ਦਿਮਾਗ ਤੋਂ। ਹੁਣ ਦੱਸ ਫਿਰ। ਮੈਂ ਨਾ 1 ਕਰੋੜ ਦਾ ਬੀਮਾ ਕਰਾਇਆ ਹੋਇਆ ਆ, ਜਿੱਦੇ ਮਰੂੰਗਾ 50 ਤੇਰਾ 50 7 ਦਾ ਦੋਨੋਂ ਭਾਈ ਵੰਡ ਲਿਓ। ਠੀਕ ਆ? ਠੀਕ ਆ ਬਾਪੂ। ਹੁਣ ਮੈਂ ਸੈੱਟ ਆ, ਵੰਡ ਲਿਓ ਜਗਾ। ਠੀਕ ਆ ਬਾਪੂ, ਠੀਕ ਆ। ਲੜਿਓ ਨਾ, ਰੌਲਾ ਨਾ ਪਾਇਓ। ਹਾਂ ਨਹੀਂ ਲੜਦੇ ਬਾਪੂ। ਉਹ ਸੱਤੇ ਮਰਤਾ ਨਹੀਂ ਗਿਆ ਕਿਤੇ, ਦੇਖ ਦੇਖ
ਓਏ ਸਾਂ ਤਾਂ ਚੱਲ ਰਹੇ ਨੇ ਆ ਮੁਖੋਂ ਲੈ ਸਟੈਂਪ ਹਾਂ ਹਾਂ ਆਈ ਲਿਆ ਲੈ ਲੈ ਆ ਲੋ ਸਟੈਂਪ ਆ ਪੇਪਰ ਇਹ ਇੱਕ ਇੱਥੇ ਸਾਈਨ ਕਰਵਾ ਲਓ ਤੇ ਇੱਕ ਇੱਥੇ ਵੀ ਕਰਵਾ ਲਓ ਇਹ ਇਹ ਆ ਚੱਕ 50 ਲੱਖ ਇਹ ਆ ਚੱਕ 50 ਲੱਖ ਹੋਰ ਹਾਂ ਲੈ ਵੀ ਕਾਲੇ ਆਪਾਂ ਬਣ ਗਏ ਇੱਕ ਕਰੋੜ ਦੇ ਵਾਰਿਸ ਹੁਣ ਆਪਣੇ ਦੋਨਾਂ ਤੋਂ ਬਿਨਾਂ ਕੋਈ ਹਿੱਸਾ ਨਹੀਂ ਬਣਾ ਸਕਦਾ ਦੋ ਨਹੀਂ ਤਿੰਨ ਓਏ ਆਹੋ ਓਏ ਆਹੋ ਤਿੰਨ ਨਹੀਂ ਇੱਕ ਮੇਰੀ ਗੱਲ ਨਾ ਹੋਰ ਸੁਣ ਲਓ ਜੇ ਤੁਹਾਡੇ ਦੋਵਾਂ ਵਿੱਚੋਂ ਕਿਸੇ ਨੇ ਵੀ ਗਲਤੀ ਨਾਲ ਵੀ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਨਾ ਤਾਂ ਫਿਰ ਦੇਖ ਲਿਓ ਉਹਨੇ ਦੋ ਕੱਪੜੇ ਚੁੱਕਣੇ ਨੇ ਤੇ ਠਾ ਵੱਜਣਾ ਇੱਥੇ ਆ ਕੇ ਕਿਸੇ ਵਡਾਉਂਦੀ ਫਿਰੂਗੀ ਇੱਥੇ ਆ ਕੇ ਓਏ ਨਾਲੇ ਗੱਲ ਸੁਣ ਸੱਤੇ ਆ ਸਾਲਾ ਆਪਣਾ ਮਲੰਗ ਜਿਹਾ ਪਰਾਉਣਾ ਨਾ ਤੀਜੇ ਕਿਤੇ ਨਾ ਵੜਦਾ ਸਾਲਾ ਉਂਗਲਾਂ ਜਿਹਾ ਕਰਦਾ ਕਰਦਾ ਮੈਂ ਇਤਕੀ ਸਾਲੇ ਦੀਆਂ ਉਂਗਲਾਂ ਹੀ ਤੋੜ ਦੇਣੀਆਂ ਨੇ ਸਮਝਿਆ ਨਾ ਆਹ ਨਜ਼ਾਰਾ ਆ ਗਿਆ ਉਹ ਨਜ਼ਾਰੇ ਆਣਗੇ ਹੁਣ ਤਾਂ ਓ ਯੈਸ 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 ਉਹ ਕੰਮ ਆਪਣਾ ਹੋ ਗਿਆ ਲੈ ਵੀ ਰੰਗਿਆ ਆ ਗਿਆ ਮੁੱਖੋ ਭੈਣ ਦਾ ਘਰ ਚਾਹੇ ਚਾਰ ਹਫ਼ਤੇ ਬਾਅਦ ਹੀ ਆ ਜਾਈਏ ਮੁੱਖੋ ਭੈਣ ਜਾਣ ਨਹੀਂ ਦਿੰਦੀ ਛੇਤੀ ਛੇਤੀ ਉਹ ਭੈਣ ਕੀਦੀ ਆ ਫਿਰ ਨਾਲੇ ਆਪਾਂ ਦੇਣਦਾਰੀ ਤੋਂ ਬਚੇ ਰਹਾਂਗੇ ਉਹ ਥੋੜ੍ਹਾ ਜਿਹਾ ਜਿਹੜਾ ਆਪਣਾ ਪਰਾਉਣਾ ਹੈ ਉਹ ਕੱਬਾ ਹੈ ਹੋਰ ਤਾਂ ਸਭ ਠੀਕ ਹੈ ਹੁਣ ਤੱਕ ਤਾਂ ਕਰਤਾ ਹੋਣਾ ਮੁੱਖੋ ਭੈਣ ਨੇ ਸਿੱਧਾ ਭੈਣ ਕੀਦੀ ਆ ਫਿਰ ਆ ਚੱਲੀਏ ਪਿਛਲੇ ਹਫ਼ਤੇ ਛਿੱਤਰੋ ਛਿੱਤਰੀ ਹੋਏ ਕੱਢੇ ਸੀ ਉਹ ਕੋਈ ਨਾ ਛਿੱਤਰੋ ਛਿੱਤਰੀ ਹੋਣਾ ਫੇਰ ਹੋ ਜਾਗੇ ਉਹ ਪਹਿਲਾਂ ਸਾਲਿਆਂ ਦੀ ਆਓ ਭਗਤਾ ਕਰ ਲਈਏ ਚੱਲ ਚੱਲ ਹਾਏ ਰੰਗਾ ਤੇ ਬਿੱਲਾ ਨੀ ਮੈਂ ਸਦਕੇ ਜਾਵਾਂ ਉਹ ਜੀ ਕਿੱਥੇ ਮਰ ਗਿਆ ਛੇਤੀ ਆ ਦੇਖ ਮੇਰੇ ਵੈਲੀ ਭਰਾ ਆਏ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਸਭ ਠੀਕ ਆ ਭੈਣੇ ਬਹੁਤ ਯਾਦ ਆਈ ਸੀ ਤੇਰੀ ਤੇਰੇ ਤਾਂ ਇੱਕ ਫੋਨ ਤੇ ਭੱਜਿਆ ਏ ਹਾਂ ਵੀਰੇ ਹਫ਼ਤਾ ਹੋ ਗਿਆ ਭੈਣ ਤੇਰੇ ਹੱਥ ਦੀ ਰੋਟੀ ਖਾਧੀ ਨੂੰ ਜਮੇ ਬੁਰਕੀ ਨਹੀਂ ਲੰਘੀ ਕਿਉਂ ਰੰਗੇ ਕਰੀਏ ਚੱਲ ਕਿਵੇਂ ਹੋ ਸਾਲਿਓ ਐਤਕੀ ਹਫ਼ਤੇ ਬਾਅਦ ਹੀ ਗੇੜਾ ਮਾਰ ਲਿਆ ਉਹ ਤੁਹਾਡਾ ਘਰੇ ਕੰਮ ਕਾਰ ਕੋਈ ਹੈ ਨਹੀਂ ਤੁਹਾਨੂੰ ਮਜ਼ਾਕ ਕਰਦਾ ਏ ਉਹ ਸੱਤੇ ਉਹ ਇਹਨਾਂ ਦਾ ਕੀ ਆ ਇਹ ਸਾਲੇ ਸੋਨਾ ਜਿਹਾ ਰੋਜ਼ ਆ ਜਾਂਦੇ ਨੇ ਹੈ ਤੀਏ ਦਿਨ ਮੂੰਹ ਚੱਕਦੇ ਆ ਭੈਣ ਕੋਲੇ ਭੈਣ ਕੋਲੇ ਜੇਠ ਜੀ ਉਹ ਮਖੌਲ ਕਰਦਾ ਮੈਂ ਤਾਂ ਕਹਿ ਰਿਹਾ ਸੀ ਵੀ ਵਧੀਆ ਤੀਜੇ ਦਿਨ ਆ ਜਾਂਦੇ ਨੇ ਰੌਣਕ ਲੱਗੀ ਰਹਿੰਦੀ ਹੈ ਉਹ ਹੁਣ ਭਾਬੀ ਨੂੰ ਇੱਥੇ ਖੜਾਈ ਰੱਖੇਗੀ ਅੰਦਰ ਵੀ ਲਿਆ ਚਾਹ ਚੂ ਪਲਾ ਆ ਜਾਓ ਜੀ ਆ ਜਾਓ ਸਾਲੇ ਅੰਦਰ ਚਲੋ ਲੈ ਫੇਰ ਲੱਗ ਗਈ ਅੱਗੇ ਨੂੰ ਕਿੰਨੀ ਵਾਰੀ ਕਿਹਾ ਕੋਈ ਚਾਜ਼ੀ ਚੀਜ਼ ਲੈ ਲੈ ਇੰਨੇ ਨੂੰ ਤਾਂ ਵੀਰ ਹੁਣਾ ਨੇ ਬਾਪੂ ਵਾਲੇ ਪੈਸੇ ਵੰਡ ਵੀ ਲੈਣੇ ਆ ਗੁੱਸੇ ਨਾ ਹੋ ਡੋਲੀ ਜੀ ਮੈਂ ਹੁਣੇ ਦੇਖਦਾ ਮੈਂ ਚੱਲੀ ਆ ਆਪੇ ਆ ਜਿਓ ਠੀਕ ਹੋ ਜੂ ਓ ਯਾਰ ਡੋਲੀ ਗਲਤ ਸੁਣ ਜਾ ਉਹ ਮੈਂ ਦੇਖਦਾ ਪਿਆ ਨਾ ਇੰਨੀ ਦੂਰ ਤੁਰ ਕੇ ਕਿਵੇਂ ਜਾਵੇਂਗੀ ਤੇਰੇ ਕੋਮਲ ਕੋਮਲ ਪੈਰ ਨੇ ਐਡੇ ਐਡੇ ਛਾਲੇ ਹੋ ਜਾਣਗੇ ਉੱਪਰ ਮੈਂ ਹੁਣੇ ਕਰ ਦੇਣਾ ਸਟਾਰਟ ਤੁਹਾਡੇ ਵੇਟ ਕਰ ਵੇ ਹੋਊਗਾ ਸਟਾਰਟ ਵੀ ਕਿ ਨਹੀਂ ਹੋਊਗਾ ਉਈ ਹੋ ਗਿਆ ਉਹ ਮਿੱਤਰਾਂ ਦਾ ਫਿੱਟ ਬਿੱਟ ਯਾ
ਮਿੱਤਰਾਂ ਦਾ ਫੇਟੀ ਫੇਟੀ ਆ ਨੱਬੇ ਮੀਲ ਦੀ ਸਪੀਡ ਉੱਤੇ ਜਾਂਦਾ ਉਹ ਬੈਜਰ ਬਿੱਲ ਨਾਲ ਲੱਗ ਕੇ ਕਿੰਨਾ ਨਜ਼ਾਰਾ ਮੈਨੂੰ ਤੈਨੂੰ ਆਉਂਦਾ 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 ਭਾਬੀ ਜੀ ਹਾਏ ਕਿੱਥੋਂ ਆ ਗਏ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆਉਣਾ ਹੋਇਆ ਅਸੀਂ ਤਾਂ ਬਾਪੂ ਜੀ ਦਾ ਪਤਾ ਲੈਣ ਆਏ ਸੀ ਠੀਕ ਨੇ ਬਾਪੂ ਜੀ ਬਾਪੂ ਜੀ ਤਾਂ ਬਿਲਕੁਲ ਠੀਕ ਨੇ ਤੁਹਾਨੂੰ ਕਿੰਨੇ ਫੋਨ ਕੀਤਾ ਸੀ ਗੱਲ ਸੁਣੋ ਭਾਬੀ ਜੀ ਜਦੋਂ ਅਸੀਂ ਇੰਨੀ ਦੂਰ ਆਏ ਗਏ ਨਾ ਬਾਪੂ ਦਾ ਪਤਾ ਲੈ ਕੇ ਜਾਵਾਂਗੇ ਮੈਂ ਕਦੋਂ ਮਨਾ ਕੀਤਾ ਕਿ ਤੁਸੀਂ ਪਤਾ ਨਾ ਲੈ ਕੇ ਜਾਓ ਪਰ ਬਾਪੂ ਜੀ ਘਰ ਨਹੀਂ ਹੈਗੇ ਉਹ ਤਾਂ ਸ਼ਾਮ ਤੱਕ ਆਉਣਗੇ ਕੋਈ ਗੱਲ ਨਹੀਂ ਸ਼ਾਮ ਨੂੰ ਆ ਜਾਣਗੇ ਅਸੀਂ ਵੇਟ ਕਰ ਲੈਂਦੇ ਹਾਂ ਸ਼ਾਮ ਤੱਕ ਚਲੋ ਤੁਸੀਂ ਚਾਹ ਪਾਣੀ ਤਾਂ ਪਿਆਉਂਗੇ ਨਾ ਸਾਨੂੰ ਇਸ ਤਰ੍ਹਾਂ ਹੀ ਮੋੜੋਗੇ ਚਲੋ 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 ਜੀ ਅੰਦਰ ਬੈਠਦੇ ਚੱਲ ਕੇ ਹਾਏ ਇਹਨਾਂ ਕਿੱਥੇ ਰੁਕਣਾ ਹਾਏ ਮੈਂ ਮਰ ਜਾ ਇਹਨਾਂ ਨੂੰ ਕਿੰਨੇ ਖਬਰ ਕਰਦੀ ਫੋਨ ਕਰਕੇ ਜਿਹਨਾਂ ਨੂੰ ਪਤਾ ਲੱਗ ਗਿਆ ਨਾ ਇਹ ਤਾਂ ਹਿੱਸਾ ਮੰਗਣਗੇ ਮੈਂ ਦੇਖਾ ਤੇ ਸਹੀ ਕਿਤੇ ਬਾਪੂ ਨੇ ਕੁਝ ਬੋਲ ਦੇ ਓਏ ਚੁੱਪ ਸਾਲਿਓ ਚੁੱਪ ਓਏ ਕੰਦਾਂ ਦੇ ਵੀ ਕੰਨ ਹੁੰਦੇ ਨੇ ਸਮਝਿਆ ਕਰੋ ਗੱਲ ਨੂੰ ਪ੍ਰਾਹੁਣਿਆਂ ਭਾਈਏ ਦਾ ਮੱਖੂ ਤਾਂ ਠੱਪਿਆ ਲੈ ਤੇ ਸਾਡਾ ਹਿੱਸਾ ਦੱਸ ਫਿਰ ਗੱਲ ਖੋਲੀ ਚੰਗੀ ਹੁੰਦੀ ਹੈ ਦੇਖ ਰਿਸ਼ਤੇਦਾਰੀ ਆਪਣੀ ਜਗ੍ਹਾ ਹਿਸਾਬ ਕਿਤਾਬ ਆਪਣੀ ਕਿਉਂ ਬਿਲਿਆ ਹਏ ਆਹੋ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹਿਸਾਬ ਕਿਤਾਬ ਆਪਣੀ ਜਗ੍ਹਾ ਉਹ ਦੇਖੋ ਸਾਲਿਓ ਅਸੀਂ ਹਾਂ ਸਾਰੇ ਪੈਸੇ ਦੇ ਮਾਲਕ 90 ਸਾਡਾ 10 ਤੁਹਾਡਾ ਮਤਲਬ ਕਿ 10 ਲੱਖ ਹਾਂ ਹਾਂਜੀ ਹਾਂ ਮਨਜ਼ੂਰ ਹੈ ਪ੍ਰਾਹੁਣਿਆਂ ਮਨਜ਼ੂਰ ਹੈ ਸਾਡੇ ਵੱਲੋਂ ਡਨ ਹੈ ਚੱਲ ਠੀਕ ਆ ਭਾਈਆ ਸਮਝੋ ਚੱਕਿਆ ਗਿਆ ਉਹਨੂੰ ਤਾਂ ਅਸੀਂ ਸੁੱਤੇ ਪੈ ਨੂੰ ਗੱਡੀ ਚੜਾ ਦੇਣਾ ਬਹੁਤ ਬੰਦੇ ਮਾਰੇ ਨੇ ਅਸੀਂ ਪਿੰਡਾਂ 'ਚ ਹੈਂ ਮੈਨੂੰ ਮਾਰਦੇ ਸਕੀਮ ਲਾ ਰਹੇ ਨੇ ਉਹ ਸਾਲਿਓ ਜੇ ਤੁਹਾਡੇ ਬੰਨਿਓ ਡਨ ਤਾਂ ਸਾਡੇ ਬੰਨਿਓ ਵੀ ਡਨ ਮੈਨੂੰ ਤਾਂ ਦੋਨੋਂ ਪਾਸਿਓਂ ਫਾਇਦਾ ਮੇਰੇ ਭਾਈ ਵੀ ਲੱਖਾਂ ਦੇ ਮਾਲਕ ਹੋ ਜਾਣਗੇ ਤੇ ਮੈਂ ਵੀ ਹਾਏ ਬਾਪੂ ਜੀ ਜਿਉਂਦੇ ਵੱਸਦੇ ਰਹੋ ਲਵ ਯੂ ਆ ਟਰੱਕ ਭਰ ਕੇ ਤੁਹਾਨੂੰ ਇਹਨਾਂ ਜਿਉਂਦੇ ਵੱਸਦੇ ਨਾ ਰਹਿਣ ਤਾਂ ਹੀ ਤੁਸੀਂ ਕਰੋੜਪਤੀ ਬਣਾਂਗੇ ਰੋਈ ਨਾ ਮੈਨੂੰ ਚਾਹ ਪਾਣੀ ਪੀ ਲੈਣ ਦੇ ਫੇਰ ਕਰ ਦੇਣਾ ਸਕੀਮਾਂ ਫੇਲ ਉਹ ਬਿੱਲਿਆ ਲੈ ਆਓ ਆ ਗਈ ਪ੍ਰਾਹੁਣੇ ਦੀ ਭੈਣ ਦੌਲੀ ਉਹ ਗੱਲ ਕਿੱਥੋਂ ਸ਼ੁਰੂ ਕਰੀਏ ਯਾਰ ਬਾਈ ਮੈਨੂੰ ਤਾਂ ਸੰਗ ਜੀ ਲੱਗਦੀ ਆ ਯਾਰ ਉਹ ਕੋਈ ਨਾ ਮੈਂ ਆਪੇ ਸ਼ੁਰੂ ਕਰ ਲੂੰ ਗੱਲ ਤਾਂ ਪਰ ਖਿਆਲ ਰੱਖੀ ਕਿਤੇ ਗੰਢੇ ਨਾ ਗੱਲ ਦੇਣ ਆਪਣੇ ਆ ਹਿੱਸੇ ਪਵਾਉਣ ਵਾਲੀ ਗੱਲ ਉਹ ਹੀ ਦੱਸਦੀ ਯਾਰ ਇਹਨਾਂ ਨੂੰ ਉਹ ਜੇ 3-5 ਕਰਨਗੇ ਨਾ ਇਹ ਤਾਂ ਭਾਈ ਇਹਦੇ ਨਾਲ ਇਹਨੂੰ ਵੀ ਟੱਪਾ ਦੇਣਗੇ ਆਪਾਂ ਨੇ ਆਪਣੀ ਰਕਮ ਨਹੀਂ ਖਰਾਬ ਕਰਨੀ ਰਕਮ ਪੂਰੀ ਕਰਨੀ ਹੈ ਆ ਜਾ ਫਿਰ ਹਾਏ ਹਾਏ ਬਾਪੂ ਜੀ ਤੁਸੀਂ ਠੀਕ ਤਾਂ ਹੋ ਮੇਰਾ ਮਤਲਬ ਹੈ ਤੁਹਾਨੂੰ ਕੁਝ ਹੋਇਆ ਤਾਂ ਨਹੀਂ ਨਾ ਨਾ ਭਾਈ ਮੈਨੂੰ ਕੀ ਹੋਣਾ ਮੈਂ ਤਾਂ ਜਮਾ ਸੂਤਾ ਆ ਦੇਖ ਲਓ ਮੈਨੂੰ ਰਾਤੀ ਸੁਪਨੇ ਆਈ ਸੀ ਬਾਪੂ ਜੀ ਤੁਹਾਡੀ ਤਬੀਅਤ ਬਹੁਤ ਖਰਾਬ ਹੈ ਤੜਕੀ ਭੱਜਿਆ ਅਸੀਂ ਦਿਲ ਨਹੀਂ ਨਾ ਖੜਦਾ ਬਾਪੂ ਜੀ ਓਏ ਉਹ ਤਾਂ ਠੀਕ ਆ ਆ ਗਿਆ ਉਈ 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 ਸਾਡੇ ਖੂਨ ਚ ਨਾ ਬਾਪੂ ਜੀ ਸਤਿ ਸ੍ਰੀ ਅਕਾਲ ਭੋਲੀ ਜੀ ਸਤਿ ਸ੍ਰੀ ਅਕਾਲ ਪ੍ਰਾਹੁਣੇ ਦੇ ਪ੍ਰਾਹੁਣੇ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜਾਓ ਜੀ ਫਿਰ ਤੁਹਾਡਾ ਖਾਤਰ ਪਾਣੀ ਕਰੀਏ ਫਿਰ ਉਧਰ ਸੱਤੇ ਤੇ ਕਾਲੇ ਨੇ ਖੜਾ ਜਮਾਇਆ ਹੋਇਆ ਚੱਲੋ ਜੀ ਚੱਲੋ ਚੱਲੋ ਜੀ ਚੱਲੋ ਬਾਪੂ ਜੀ ਮੈਂ ਜਾ ਸਕਦਾ ਨਾ ਆ ਜਾਓ ਪ੍ਰਾਹੁਣਾ ਸਾਹਿਬ ਉਹ ਜਾ ਜਾ ਜੇ ਦਾਰੂ ਪੀਤੀ ਨਾ ਮੈਥੋਂ ਬੁਰਾ ਕੋਈ ਨਹੀਂ ਹੋ ਦਾਰ ਜੀ ਦੀ ਕਸਮ ਇੰਨਾ ਹੀ ਲਾਊਂਗਾ ਐਦੋਂ ਵੱਧ ਨਹੀਂ ਉਈ 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 ਚੱਲੋ ਦੇਖੀ ਗੁੜੇ ਆ ਕਾਕਾ ਤੇਰੀ ਅੱਖਾਂ 'ਚ ਨਹੀਂ ਉਂਗਲੀਆਂ ਮਾਰਦਾ ਹੋਣਾ ਜਦੋਂ ਉਈ 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 ਕਰਦਾ ਹੋਣਾ ਬਾਪੂ ਜੀ ਹੁਣ ਤਾਂ ਆਦਤ ਪੈ ਗਈ ਜੇ ਬਾਪੂ ਨੂੰ ਸ਼ਰਾਬ ਪਿਆ ਗੁੱਠਾ ਨਾ ਲਵਾਉਂਦੇ ਨਾ
ਤਾਂ ਗਿਆ ਸੀ ਕਰੋੜ ਰੁਪਇਆ। ਵੀਰੇ ਜੀ ਹਿਸਾਬ ਲਾਈਏ ਤਾਂ ਰੰਗੇ ਤੇ ਬਿੱਲੇ ਦਾ ਕੋਈ ਹੱਕ ਨਹੀਂ ਬਣਦਾ ਪੈਸਿਆਂ ਚ। ਮੈਂ ਕਿਹਾ ਸੀ ਨਾ ਵੀ ਗਾਲੂ ਕੀ ਗੰਢੇ। ਹਾਂਜੀ ਇਹ ਕਿਹੜਾ ਇਸ ਘਰ ਦੇ ਮੈਂਬਰ ਨੇ? ਉਹ ਮੈਂਬਰ ਤਾਂ ਤੂੰ ਵੀ ਨਹੀਂ ਪਰਾਉਣਿਆ। ਮੈਂ ਜਮਾਈ ਆ ਇਸ ਘਰ ਦਾ। ਤੂੰ ਜਵਾਈ ਹੈ ਨਾ ਇਸ ਘਰ ਦਾ ਜਵਾਈ, ਤਾਂ ਅਸੀਂ ਵੀ ਸਾਲੇ ਆ ਇਸ ਘਰ ਦੇ ਸਾਲੇ। ਮੈਂ ਭੁੱਲੀ ਗੱਲ ਨਾਲ ਸਹਿਮਤ ਹਾਂ, ਰੰਗੇ ਤੇ ਬਿੱਲੇ ਦਾ ਕੋਈ ਹੱਕ ਨਹੀਂ ਬਣਦਾ ਪੈਸੇ ਤੇ। ਜੇ ਮੇਰੇ ਵੀਰਾਂ ਦਾ ਕੋਈ ਹੱਕ ਨਹੀਂ ਨਾ ਬਣਦਾ ਨਾ ਪੈਸਿਆਂ ਤੇ, ਤਾਂ ਥੋੜੀ ਭੈਣ ਦਾ ਵੀ ਕੋਈ ਹੱਕ ਨਹੀਂ ਬਣਦਾ ਨਾ ਪੈਸਿਆਂ ਤੇ। ਮੈਂ ਇਸ ਘਰ ਦੀ ਕੁੜੀ ਆ। ਕੁੜੀ ਸੀ, ਹੁਣ ਇਸ ਘਰ ਦੀ ਮਾਲਕਣ ਮੈਂ ਆ। ਇਹਨਾਂ ਪੈਸਿਆਂ ਤੇ ਨਾ ਸਿਰਫ ਤਾਂ ਸਿਰਫ ਇਸ ਘਰ ਦੇ ਮਾਲਕ ਜੇਠ ਜੀ ਤੇ ਮੇਰੇ ਹਸਬੈਂਡ ਦਾ ਹੀ ਹੱਕ ਆ, ਤੁਸੀਂ ਬਾਕੀ ਸਾਰੇ ਨਾ ਸਿਰਫ ਰਿਸ਼ਤੇਦਾਰ ਹੋ। ਸਾਲਿਓ ਮੈਂ ਇਸ ਘਰ ਦਾ ਜਮਾਈ ਆ, ਇੱਜ਼ਤ ਕਰਨੀ ਸਿੱਖੋ ਪਰਾਉਣੇ ਦੀ। ਮੇਰੀ ਉਈ ਤੋੜ ਛੱਡੀ ਹੈ, ਹੁਣ ਨਹੀਂ ਬਾਦੀ ਮੈਨੂੰ ਲੱਗਦਾ ਯਾਰ। ਕੀ ਕਰਦਾ ਪਈ ਯਾਰ, ਤੈਨੂੰ ਸ਼ਰਮ ਨਹੀਂ ਆਉਂਦੀ ਜੀਜੇ ਨੂੰ ਮਾਰਦਾ ਪਿਆ? ਹੁਣ ਆਈ ਸਾਲਿਆ, ਸਾਲਾ ਉਏ 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 ਕਰੀ ਜਾਊ, ਤੋੜਤੀ ਨਾ ਸਾਲੇ ਦੀ ਉਈ। ਵਧੀਆ ਕਰਿਆ ਤੈਂ, ਵਧੀਆ ਕਰਿਆ। ਚੱਲ ਵਧੀਆ ਹੋਇਆ ਸਾਰੇ ਭਾਗੇ, ਹੁਣ ਤਾਂ ਅਸੀਂ ਆਪਣੇ ਹੀ ਆ। ਹੁਣ ਐ ਕਰਦੇ ਆ, ਹੁਣ ਬਾਪੂ ਜੀ ਥੋੜੀ ਸੇਵਾ ਕਰਨੀ ਵੀ ਪੜਦੀ ਆ, ਆਖਰ ਨੂੰ ਬਾਪ ਬਾਪ ਹੀ ਹੁੰਦਾ। ਬਿਲਕੁਲ ਭਾਬੀ, ਤੂੰ ਜਾ ਕੇ ਨਾ ਵਧੀਆ ਵਧੀਆ ਚੀਜ਼ਾਂ ਬਣਾ ਦੇ। ਐ ਕਰ, ਤੂੰ ਮੀਟ ਬਣਾ ਲਾ। ਚੱਲ ਦਾਰੂ ਲੈ ਕੇ ਆਉਂਦੇ ਆ, ਬਾਪੂ ਨੇ ਮਿਲ ਲਈਏ। ਤੂੰ ਜਾ ਉਧਰ ਨੂੰ, ਅੱਜ ਆਪਾਂ ਦਾਰੂ ਲੈ ਕੇ ਆਈਏ। ਬੀਮੇ ਵਾਲਾ ਭਾਈ। ਅੱਛਾ ਉਹ ਬਾਬੂ ਜੀ, ਮੈਨੂੰ ਪਤਾ ਹੈ ਬੀਮੇ ਦੀ ਰਕਮ ਮਰਨ ਤੋਂ ਬਾਅਦ ਮਿਲਣੀ ਆ, ਉਹ ਮੈਂ ਤੁਹਾਨੂੰ ਮਿਲਣਾ ਪਹਿਲਾਂ ਜ਼ਰੂਰੀ। ਓਏ ਨਾ ਨਾ, ਅੱਜ ਨਹੀਂ ਅੱਜ ਨਹੀਂ, ਤੁਸੀਂ ਐਂ ਕਰੋ ਐਤਵਾਰ ਆ ਜਾਓ। ਉਹ ਐਤਵਾਰੋਂ ਸਾਰੇ ਲੁੰਗਲਾਣੇ ਨੇ ਮੱਸਿਆ 'ਤੇ ਜਾਣਾ। ਹਾਂ ਨਾ ਨਾ ਨਾ, ਹਾਂ ਹਾਂ ਨਾ 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 ਨਾ, ਹਾਂ ਆਹੋ ਠੀਕ ਆ, ਆਹੋ ਚੱਲ ਠੀਕ ਆ, ਧੀਰੇ ਧੀਰੇ ਬੋਲ ਕੋਈ ਸੁਣਨਾ ਲਈ। ਹਾਂ ਓਕੇ। ਉਹ ਤੁਹਾਡੀ ਭੈਣ ਦੀ, ਉਹ ਬਚ ਗਈ ਯਾਰ, ਬਾਪੂ ਆ ਗਿਆ ਸੀ ਨਾ। ਉਹ ਡਰਾਏ ਜੱਥਾ ਦੀ ਬੁੜੇ ਨੇ। ਓਏ ਗੱਲ ਸੁਣੋ, ਮੈਂ ਤਾਂ ਕਹਿੰਦਾ ਬੀਮੇ ਵਾਲੇ ਬਾਬੂ ਨੂੰ ਚੱਕ ਲੈਂਦੇ ਆ, ਸਾਰੀ ਗੱਲ ਦੱਸੂ ਸੱਚ ਸੱਚ। ਉਹ ਨਾਲੇ ਸਹੀ ਰਕਮ ਦਾ ਪਤਾ ਲੱਗ ਜੂ, ਉਹ ਵਿਆਜ ਵੀ ਤਾਂ ਲੱਗਿਆ ਹੋਊ ਕਰੋੜ ਰੁਪਏ ਦੇ। ਨਹੀਂ ਨਹੀਂ, ਮੈਂ ਤਾਂ ਕਹਿੰਦੀ ਹਾਂ ਪਹਿਲਾਂ ਹਿੱਸਾ ਵੰਡਾ ਲਈਏ। ਉਹ ਪਹਿਲਾਂ ਪਤਾ ਤਾਂ ਲੱਗੇ ਸਹੀ ਰਕਮ ਮਿਲੂ ਕਿ ਨਹੀਂ। ਇਹ ਤੁਸੀਂ ਪਤਾ ਕਰੋ ਕਿੰਨੇ ਕਿੰਨੇ ਵੰਡਣੇ ਆ ਭਾਈ, ਸਾਡਾ ਤਾਂ 10 ਲੱਖ ਪੱਕਾ। ਜੇ ਮੇਰੀ ਗੱਲ ਸੁਣੋ, ਮੈਂ ਨਾ ਟੌਪ ਲੈਣੇ ਪੀਲੇ ਰੰਗ ਦੇ, ਕਿੰਨੇ ਸਾਰੇ। ਉਹ ਖਰਚਾ ਤੂੰ ਗੱਲ ਸੁਣੋ ਜੀ, ਆਪਾਂ ਨੇ ਗੱਡੀ ਲੈਣੀ ਆ ਵੱਡੀ। ਕਿਹੜੀ? ਲੂਨਾ। ਜਦੋਂ ਤੁਹਾਡੀ ਭੈਣ ਐਂ ਕਰਕੇ ਬੈਠੀ ਨਾ, ਦੇਖੋ ਕਿੰਨੀ ਫਸਦੀ ਹੈ, ਕਦੇ ਧਾਰ ਤੇ ਕਦੇ ਭੀ ਤੇ ਕਦੇ ਧਾਰ ਤੇ ਕਦੇ ਭੀ ਤੇ। ਓਏ ਓਏ ਓਏ, ਜੇ ਤੂੰ ਚੁੱਪ ਕਰ ਦਾਂਗੇ ਤੈਨੂੰ ਚਾੜਾ ਹੁਣੇ ਗੱਡੀ। ਉਹ ਪਰਾਉਣਿਆ ਚੁੱਪ ਕਰ ਓਏ, ਕਿਤੇ ਹੁਣੇ ਨਾਲ ਲਵਾ ਲਈ ਟਾਇਰ। ਮਜ਼ਾਕ ਕਰਦਾ ਪਿਆ ਨਾ, ਮਜ਼ਾਕ। ਆ ਦੇਖ ਲਾ ਜਗੀਰ ਕੁਰੇ, ਤੇਰੇ ਜੰਮੇ ਨੇ ਲੈ ਕੇ ਪੁੱਤ, ਪੈਸੇ ਪਿੱਛੇ ਕਿਵੇਂ ਮੇਰੇ ਮਰਨ ਦਾ ਇੰਤਜ਼ਾਰ ਕਰ ਰਹੇ ਨੇ। ਉਹ ਤਾਂ ਇਹਨਾਂ ਦੇ ਕਰਤੂਤਾਂ ਦੇਖ ਕੇ ਨਾ ਦੁਬਾਰੇ ਮਰ ਜਾਣਾ ਸੀ, ਜੇ ਤੂੰ ਜੀਉਂਦੀ ਹੁੰਦੀ ਤਾਂ। ਕੋਈ ਨਾ ਪੁੱਤ, ਮੈਂ ਵੀ ਤੁਹਾਡਾ ਪਾਪਾ, ਤੁਹਾਨੂੰ ਤਾਂ ਮੈਂ ਚੜਾਉਂ ਗੱਡੀਆਂ ਦੇ। ਆ ਇੱਕ ਮੇਰਾ ਸਲਾ ਨਵਾਂ ਸੇੜਿਆ ਪਰਾਉਣਾ, ਇਹਦੀ ਤਾਂ ਮੈਂ ਤੋੜੂ। ਉਈ ਉਈ, ਜੇ ਤੋੜ ਕੇ ਨਾਸਾਂ 'ਚ ਨਾ ਸੁੱਟੀਏ ਨਾ, ਮੈਂ ਵੀ ਉਹਦਾ ਪਿਓ ਨਹੀਂ। ਹਾਂਜੀ ਬਲਕਾਰ ਸਿੰਘ ਜੀ, ਹੁਣ ਦੱਸੋ ਤੁਸੀਂ ਕੀ ਗੱਲ ਕਰਨੀ ਸੀ? ਉਹ ਗੱਲ ਐਂ ਸੀ, ਜਿਹੜੇ ਮੈਂ ਬੀਮੇ ਵਾਲੇ ਕਾਗਜ਼ਾਂ 'ਚ ਮੇਰੇ ਵਾਰਸ ਪਵਾਏ ਸੀ, ਉਹ ਬਦਲਣੇ ਨੇ ਬਸ। ਉਹ ਮੇਰੇ ਜਵਾਕ ਬਹੁਤ ਲਾਲਚੀ ਹੋ ਗਏ ਜੀ, ਮੈਂ ਬੀਮੇ ਦੀ ਰਕਮ ਯਤੀਮਖਾਨੇ ਪਿੰਗਲਾ ਆਸ਼ਰਮ ਨੂੰ ਦਾਨ ਕਰਨੀ ਚਾਹੁੰਦਾ ਬਸ। ਸੋਚ ਲਓ ਬਲਕਾਰ ਸਿੰਘ ਜੀ। ਬਸ ਸੋਚ ਲਿਆ ਜੀ। ਤੁਹਾਡੇ ਜਵਾਕਾਂ ਨੂੰ ਜਵਾਨੀ ਨਹੀਂ ਮਿਲਣੀ ਫਿਰ? ਨਾ ਮਿਲੇ। ਠੀਕ ਆ ਫਿਰ ਲਾ ਦਿਓ ਅੰਗੂਠਾ। ਹਾਂ ਠੀਕ ਆ ਜੀ, ਬਸ ਲਵਾਓ ਅੰਗੂਠਾ। ਚੰਗਾ ਲਾਓ ਫਿਰ, ਇੱਥੇ ਲਾਓ ਅੰਗੂਠਾ। ਲਵਾਓ, ਕਿੱਥੇ ਲਾਉਣਾ? ਦੱਸੋ ਕਿੱਥੇ ਲਾਵਾਂ ਜੀ? ਇੱਥੇ ਲਾ ਦਿਓ।
एक बारी होर सोच लो बलकार सिंह जी। मैं सोच ली जद मैं पेपर बैंक च जमा कराते उदू मुड़ के कोई कारवाई नहीं होनी, सारे पैसे पिंगला आश्रम के नौ हो जाने। ठीक है जी, धन्यवाद। अच्छा तो यह है बीमे वाला बाबू बापू जिदे नाल गल करता से बापू सारी रकम ना पिंगला आश्रम देना चाहता से। कोई ना करदा इलाज। ठीक है बलकार सिंह जी, सत श्री अकाल। सत श्री अकाल जी। आ काला क्यों भजाउंदा? ओ सत्त ओ सत्त ओ सत्त मैं नहीं मैं नहीं। ओ खड़ जा साला, गल ता सुन इधर। ओए ओए आपा लुटे गए पट्टे गए, ओए आपा तबाह हो गए। ओए बापू ने करोड़ रुपया दान करता, हुणे हुणे बीमे वाला बाबू बापू तो गुठा लवा के ले गया। हाँ ले लो डोके चकता चुगा ना, फिर तो 10 लाख रुपये ते पानी। हो रंगा मेरा दिल जा कटी जांदा। ओए ओ कोई नींबू पानी पिया दो, इहनू नींबू पानी पिया दे। हुण आपा तो चलिए टाइम नाल, हुण नहीं कख भी मिलना। हाय मेरी आसां दे पानी फिर गया, मेरी वड्डी गड्डी दे सुपने। ओए एक मिनट, तुसी परवाह ना करो, साढ़े को बापू दे हल्फिया बयान ने जिदे विच कहिंदा सी भी मेरे मरण तो बाद मेरे मुंडे ही मेरी जायदाद दे वारस ने। अच्छा रंगे बिल्ले, जेकर तुसी 10 लाख चाहुंदे हो ना तां बापू नूं टकाने ला दो। लै गल्ले कोई नहीं भैणे, अजे चढ़ा दिंदे आ चंडोल तों। ओ जीजा तू जाके बीमे वाले फड़ कितने कागज ना जमा करा दे साला। तू भी कर ले कुछ के सारी उम्र सुथना ही सुकनिया पाएगा। डॉली डार्लिंग मैं दस किनू फड़ा करा मर। ये कितने मर गया? ओ कौन ओ ओए ओए ओ भज्जो बापू कोल गया हूं। मैनू भी ले जाओ। कुछ तो करना ही पड़ेगा, कुछ तो बोलो। हाँ कुछ तो करना पऊ। मुखो चाहे कुलकता ने कढ के हसाना पवे, एक करोड़ दा सवाल है। हाय मैं मर जा, एक करोड़ रुपया वीरे 25 लाख दा मेरे हिस्से भी आऊगा। मैं ना वड्डी गड्डी लाऊंगी, थोड़े जीजे ने तो कदे मेनू लेके नहीं दित्ती। देख पोली आ हिस्से उसे दी गल ना करया कर, साडा कुछ नहीं पता सी कदों मुक्कर जाइए। इको जीजा मेरे साले दा ना 3 च ना 13 च उई उई करदा रहू बस। आ 5 साल हो गए पोली दे ब्याह नू, जेड़ा काम करन वाला सी ओ तो करे नहीं हल तक ना। सडन जी करदा मामा गाउण नू उई उई बस। तुसी ओ टोल के दित्ता है, मैं केड़ा अपनी मर्जी नाल कराया ब्याह। ओए सानू की पता सी वी मेरा साला उई 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 करन वाला गा। ओए बचोला कहिंदा मुंडे दा बहुत बड़ा फार्म हैगा, ओए ओ तां बाद च ही पता लग्गिया वी समाणे लेबर चौंक च चिकन फ्राई दी रेहड़ी लाउंदा। होर यार कले आपां तां कुड़ी रोड़ती अपनी। ओहो कितेड़ी रुलदी तुहाडी कुड़ी, जिहड़ा काम करना है पहलां ओ करो, पहलां ए दसो बापू नूं खुश किवें करना है। खुश किवें कीता जावे? इक आइडिया है। केड़ा आइडिया? हाँ दस दी हाँ, जेकर असी बापू का जन्मदिन मनाइए तो बापू जी बहुत खुश होंगे। मेरे जन्मदिन की गल्ला करते ने, पहला तो साले ने कदे नौ नहीं लिया, 50 साल हो गए कदे लेना ना देना, हुण साले नूं जन्मदिन किवें याद आ गया। चल कोई गल नहीं, रौनक मेला ही सही। किन्ना चिर हो गया घर च रौनक मेला देखे नूं, अज जितन दिन निहाल को रुक गई, घर च खुशी नहीं रही। सॉरी सारिया खुशियां जांदी जांदी नाल ही लेगी निहाल कुरे, जे अज तू उरे होंदी ना तां किन्ना चंगा होंदा। बच्चे जन्मदिन मनाउंदे आपां केक कटदे, मैं केक तेरे मुँह च पांदा तू केक मेरे मुँह च पांदी। निहाल कुरे सही गल है, ठीक करिए है। काले भीरे तू ऐ कर जा केक लेके आ, असी तैयारी कर रहे हैं बापू दे बर्थडे दी।
चलो आए सारे असि किचन च जाके कुछ स्पेशल बनाने आ चलो करी तेरी तुसी केक ले आओ जल्दी साले बंदा तिमी दोनों चलाक ने जेड़ा खर्चे वाला काम हो गले वीरे तू ले जेड़ा फ्री वाला तो मैं ले आऊंगा ओ मैं लैण दा करोड़ रुपया बापू तो एक एक रुपये का हिसाब किताब रखूंगा और जेड़ा बापू का केक मंगवाया ना यदा भी 250 कटूंगा मेरा नाम भी काला नहीं देखी जायो यार सत्ते मैं कहना बापू नवे कपड़े बनवा दें सही कहना बापू खुश हो जो मैं तो कहना बापू नवा कोट पेंट लिया देने सिलिया सिलाया ही वो बापू कोट पेंट नहीं पाँगा बापू वास्ते कुर्ता चारा लिया देने वो भी अज के टाइम का हाँ सस्ता सस्ता पैजूगा तो नाल जैकट बनवा दें बस ठीक है मेरी ना गल सुनो ज्यादा पैसे खर्चन की नहीं लोड़ संडे सेल लगती है ना उतों जाके लियायो बापू जी वास्ते कुर्ता चादरा वैसे चंगी तरह धो के प्रेस करो ना जमा नवा लगता है होर मैं तो आप थोड़े जीजे नूं संडे सेल चो लैके दिनी आ कपड़े 5-6 सौ च 3-4 जोड़े बन जांदे आ ये संडे सेल किसी होर दिन नहीं लगती संडे का मतलब ऐतवार तो बुद्धू इस सेल ना संडे ही लगती अच्छा अच्छा तो सत्ते चल शहर चल दे कल नूं संडे सेल लगनी नाले हैं उतों कपड़े ले आने बापू खुश हो जूगा चल भाई असि चलते हैं तो तुसी करो काम चल भी सत्ते ज्यादा पैसे ना खर्च के आयो एक ना तेरे वीरे हर गल समझानी पैंदी इन्हां नूं जम्मा ही बुद्धू आ भाभी इदां शुरू तो ही भुलक्कड़ ने चल आपां रोटी बनाईए चल की सोच रहे बापू बस कुछ नहीं पता आ लै बापू नवे कपड़े अभी पुराना जे पाई फिरदा आ पा नवे कपड़े होर बापू टोर कट के रखे कर सारा कुछ इत्थे रहे ना ਕਿਹੜਾ ਕੁਛ ਨਾਲ ਲੈ ਜਾਣਾ ਤੇਰੇ ਵਾਸਤੇ ਸਪੈਸ਼ਲ ਲੈ ਕੇ ਆਇਆ ਸੀ ਆਪਣੇ ਪਿੰਡ ਵਾਲੇ ਬਣੀਏ ਤੋਂ ਉਹ ਬਸ ਨਵੇਂ ਕੱਪੜੇ ਨੂੰ ਕੀ ਤਾ ਆ ਠੀਕ ਤਾਂ ਹੈਗੇ ਨੇ ਉਹ ਪਾ ਲਾ ਬਾਪੂ ਬੜੇ ਸ਼ੌਂਕ ਨਾਲ ਬਣਵਾਏ ਨੇ ਤੇਰੇ ਲਈ ਬਾਪੂ ਜੀ ਪਾ ਲਓ ਨਾ ਦੇਖਿਓ ਕਿੰਨੇ ਸੋਹਣੇ ਲੱਗੋਗੇ ਹੁਣ ਸੋਹਣਾ ਲੱਗ ਕੇ ਕਿਹਨੂੰ ਦਿਖਾਣਾ ਤੁਹਾਡੀ ਮਾਂ ਜੀ ਦੀ ਹੁੰਦੀ ਤਾਂ ਗੱਲ ਕੁਛ ਹੋਰ ਤੀ ਬਾਪੂ ਜੀ ਬੇਬੇ ਜੀ ਅੱਜ ਵੀ ਜੀਉਂਦੇ ਨੇ ਸਾਡੇ ਦਿਲਾਂ ਵਿੱਚ हमेशा जीते रहेंगे तुसी नवे कपड़े पाओ तो तुसी देखियो तुसी कितने कैंट लगोगे चलो जे तुसी सारे निजित करते हो तो मैं पा लाना हाँ जी और ना पाके हाँ हाँ बापू जी पा के आओ पहला मैं ये दस आए किन्ने ते कपड़े ओ बड़े महंगे नहीं गे 300 दो जोड़े आए हाँ असि ठीक है लेके आए हाँ बड़े महंगे नहीं संडे सेल चो लेंदे ने तू आप ही तो कहा सी ना एक सूट अपने जीजे लई भी ले आंदे 150 रुपए दा की हो रहा सी ओ बोली भैन तू हर गल च जीजे नु ना कसड़ा कर ओ ता ओए 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 करी जांदा ओनु कपड़ा नु की लग्या ओने पा के कपड़े खराबे करने ने हाय बापू जी किन्ने सोहने लग रहे ने ओ बल्ले बल्ले बापू क्यों आ भाई कालू सत्ते ठीक है किवें लगदा ओए ओ बल्ले बापू बहुत सोहना लग रहा बहुत सोहना लगदा बापू अही बन के रह कर ए ओ बल्ले 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 चल बापू दइए झूठे दे चल चल बापू जी केक कट कर कैमरे वाले भाई अब बापू जी दे बढ़िया बढ़िया फोटो खिचदे हैं कैंट जी सोहने सोहने हैं नाले भरजाई दी फोटो कर दी कैंट जी ठीक है बापू खिचा ला फोटो है तू इधर मड़ा जा बापू जी हुन खुश होना देख मैनू तुहाडा बर्थडे याद सी ओ गल सुन सत्ते तेरे साले नु ना पता लग जे वी आपा बापू दा जन्मदिन मना रहे हैं साले एवें गंद पाउणगे आके तू बेफिकर रह भाई ओन दा मैं तड़के बाजार भेजता हाथ नु आणगे इहनां नु अपना काम निबड़ जू वेरी गुड वधिया कीता वेरी गुड पिछे हट ओए किधर ओ गल सुनो परौणे साफ ना रही हिसाब नाल दारू पी कितने एवं लड़ा सीटी जावे नहीं फिर तेरी उई उई कर देंगे गल सुन ओए दार जी दी कसम मैं किसे दे भुगत नहीं आया बापू जी दे जन्मदिन ते आया पंगड़े भी पावांगे थोड़ी भोली भैन नु लत च लत फसा के उई 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 थल्ले करो लत आपदी गल सुन मेरी भैन नु तंग करे ना असि भी करा देंगे तेरी उई 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 समझ गया बंदा बन के रही चल नाले चिकन साडे जोगा छड़ दी कितने कल्ला ही खा जाए सानू पता तू दारू ते मीट ते लाड़ा सिट लेना गल सुन लो ए मैं समाने रेड़ी लांदा पिया चिकन दी जदों भी मैं किसे गाहक नू पाना ना पहले मैं थोड़ा जा आप चखदा
ਉਹ ਗੱਲਾਂ ਤਾਂ ਐ ਕਰ ਦੋ ਜਿਵੇਂ ਪਤਾ ਨਹੀਂ ਚਿਕਨ ਦਾ ਕਿੱਡੋ ਕੁ ਰੈਸਟੋਰੈਂਟ ਹੁੰਦਾ ਇਹਦਾ ਰੇੜੀ ਲਾਉਂਦਾ ਉਈ 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 ਚੱਲ ਚੱਲ ਬੰਦਾ ਬਣ ਕੇ ਜਾਂਦਾ ਚੱਲ ਸਾਲੇ ਬੇਇੱਜ਼ਤੀ ਕਰਕੇ ਉਈ ਉਈ ਜੇ ਨਾ ਨਾ ਕਰੀ ਤੁਹਾਡੀ ਮੈਂ ਵੀ ਉਈ ਨਹੀਂ ਮੈਂ ਸੋਚਿਆ ਸੀ ਅੱਜ ਅਸੀਂ ਸਾਰੇ ਰਲ ਮਿਲ ਕੇ ਨਾ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਦੇ ਹਾਂ ਸਹੀ ਗੱਲ ਹੈ ਮੈਂ ਤਾਂ ਭੁੱਲ ਗਿਆ ਸੀ ਆਈਡੀਆ ਵਧੀਆ ਹੈ ਨਾ ਜਵਾਕੋ ਦਿਲ ਖੁਸ਼ ਕਰਤਾ ਉਹ ਤੁਹਾਨੇ ਦੇਖ ਲੈਂਦੇ ਹਾਲ ਕੁਰੇ ਜੇ ਤੂੰ ਅੱਜ ਜਿਉਂਦੀ ਹੁੰਦੀ ਨਾ ਕਿੰਨਾ ਖੁਸ਼ ਹੁੰਦੀ ਕਾਹ ਤੂੰ ਚੱਲੀ ਗਈ ਅੱਧ ਜੀ ਛੱਡ ਕੇ ਮੈਂ ਅੱਜ ਤੱਕ ਨਹੀਂ ਭੁੱਲਿਆ ਤੇਰੀ ਉਹ ਬੋਲੀ ਨੂੰ ਜਿਹੜੀ ਤੂੰ ਵਿਆਹ ਦਿਨ ਮੈਨੂੰ ਸੁਣਾਈ ਤੀ ਕਹਿੰਦੀ ਹੁੰਦੀ ਤੀ ਅੱਜ ਮੇਰੇ ਮਾਈਏ ਦੇ ਨਾਗ ਲੜੂਗਾ ਕਾਲਾ ਚੰਦਰੀਏ ਤੇਰੀਆਂ ਬੋਲੀਆਂ ਨੂੰ ਤਰਸ ਗਿਆ ਮੈਂ ਇਹ ਹਜੇ ਨਾਗ ਲੜਾ ਕੇ ਗਈਆਂ ਜਿਉਂਦੇ ਜੀ ਮਾਰ ਗਈ ਮੈਨੂੰ ਉਹ ਬੱਪੂ ਚੁੱਪ ਕਰ ਕਿਉਂ ਮੋਸ਼ਨ ਹੋਈ ਇਹਨਾਂ ਸਾਨੂੰ ਕਰੇਗਾ ਮੈਂ ਭਾਵੁਕ ਹੋ ਗਈ ਤੀ ਆਹ ਦੇਖ ਲੈ ਨਿਹਾਲ ਕੁਰੇ ਕਿੰਨਾ ਪਿਆਰ ਕਰਦੇ ਤੇਰੇ ਲਾਡਲੇ ਹਾਂਜੀ ਬਾਪੂ ਜੀ ਗੱਲਾਂ ਬਾਅਦ ਚ ਕਰਾਂਗੇ ਤੁਸੀਂ ਪਹਿਲਾਂ ਕੇਕ ਕੱਟੋ ਬੇਬੀ ਨੂੰ ਕਾਸ ਤੋਂ ਤੰਗ ਕਰੀ ਜਾਂਦੇ ਹੋ ਉਹਦੇ ਪੁੱਤਰ ਬਸ ਯਾਦ ਆ ਗਈ ਸੀ ਅੱਛਾ ਚਲੋ ਕੱਟਦੇ ਕੱਟਦੇ ਤੁਸੀਂ ਛੇਤੀ ਕੇਕ ਕੱਟੋ ਫਿਰ ਅਸੀਂ ਮੁਰਗਾ ਸ਼ੁਰਗਾ ਵੀ ਲਿਆਉਣਾ ਓਏ ਓਏ ਦੇਸੀ ਵੀ ਲਿਆਉਂਗੇ ਉਹ ਲਿਆਂਦੀ ਪਈ ਆ ਬਾਪੂ ਜਿੰਨੀ ਮਰਜ਼ੀ ਪੀ ਲਈ ਤੂੰ ਪਹਿਲਾਂ ਕੇਕ ਤਾਂ ਕੱਟ ਫਿਰ ਦੇਖੀ ਖੁਸ਼ੀਆਂ ਕਿਵੇਂ ਦੁੱਗਣੀਆਂ ਹੁੰਦੀਆਂ ਨੇ ਉਹ ਦੇਸੀ ਪਈ ਆ ਫਿਕਰ ਨਾ ਕਰ ਬਾਪੂ ਵੀਰੇ ਮੈਨੂੰ ਤੁਹਾਡਾ ਜੀਜਾ ਨਹੀਂ ਦਿਖਾਈ ਦੇ ਰਿਹਾ ਕਿੱਥੇ ਉਰੀ ਕਿਤੇ ਹੋਣਾ ਇੱਥੇ ਹੋ ਕਿਤੇ ਅੰਦਰ ਹੋ ਜਾ ਤੂੰ ਲਿਆ ਬਾਪੂ ਤੂੰ ਕੇਕ ਕੱਟ ਉਹ ਨਹੀਂ ਨਹੀਂ ਉਹਨਾਂ ਬਗੈਰ ਕਿਵੇਂ ਕੇਕ ਕੱਟਣਾ ਮੈਂ ਹੁਣੇ ਲਿਆਈ ਉਹਨਾਂ ਨੂੰ ਬੁਲਾ ਕੇ ਲਿਆ ਬਈ ਲਿਆ ਉਹ ਤਾਂ ਠੀਕ ਆ ਮੈਨੂੰ ਮੇਰੇ ਭਾਈ ਵੀ ਨਜ਼ਰ ਨਹੀਂ ਆਉਂਦੇ ਕਿਤੇ ਵੀ ਰੰਗਾ ਤੇ ਬਿੱਲਾ ਉਹ ਕਿੱਥੇ ਗਏ ਉਹ ਸ਼ਹਿਰ ਗਏ ਨੇ ਪਤਾ ਪਤਾ ਲੈਣ ਆਉਂਦੇ ਹੀ ਹੋਣੇ ਆਉਣ ਵਾਲੇ ਨੇ ਬਸ ਆਉਣ ਵਾਲੇ ਨੇ ਸਾਲਿਆਂ ਨੇ ਘਰੇ ਬੁਲਾ ਕੇ ਬੇਇੱਜ਼ਤੀ ਕੀਤੀ ਹੈ ਮੇਰੀ ਹਾਂ ਉਧਰ ਜਨਮ ਦਿਨ ਮਨਾ ਰਹੇ ਨੇ ਹਾਂ ਕੇਕ ਕੱਟਣੇ ਵਾਲਾ ਮੈਂ ਖਾਣਾ ਸੀਗਾ ਮੈਨੂੰ ਪੁੱਛਦੇ ਨਹੀਂ ਪਏ ਮੇਰੇ ਦਿਲ ਚ ਅੱਗ ਲੱਗਦੀ ਪਈ ਆ ਅੱਗ ਮੇਰੀ ਤਾਂ ਸਾਰਿਆਂ ਨੇ ਉਈ 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 ਵੀ ਤੋੜ ਰੱਖੀ ਹੈ ਬਹੁਤ ਖੁਸ਼ੀ ਸੀ ਮੈਨੂੰ ਸ਼ੈਂਟੀ ਤੂੰ ਇੱਥੇ ਕੀ ਕਰ ਰਿਹਾ ਚੱਲ ਬਾਪੂ ਦਾ ਜਨਮ ਦਿਨ ਹੈ ਬੋਲੀ ਯਾਰ ਮੈਂ ਨਹੀਂ ਜਾਣਾ ਮੈਂ ਨਾਰਾਜ਼ ਹਾਂ ਮੈਨੂੰ ਉੱਥੇ ਕੋਈ ਪੁੱਛਦਾ ਨਹੀਂ ਪਿਆ ਯਾਰ ਸ਼ੈਂਟੀ ਏਦਾਂ ਨਹੀਂ ਕਰੀਦਾ ਹੁੰਦਾ ਚੱਲ ਹੁਣ ਦੇਖੀ ਵੀਰੇ ਹੋਰੀ ਕੀ ਸੋਚਣਗੇ ਚੱਲ ਆ ਚੱਲੀਏ ਆਪਾਂ ਜੇ ਤੂੰ ਇੰਨੇ ਪਿਆਰ ਨਾਲ ਕਹਿੰਦੀ ਪਈ ਹੈ ਨਾ ਤਾਂ ਚੱਲਦਾ ਨਹੀਂ ਮੈਂ ਜਾਣਾ ਨਹੀਂ ਸੀ ਦਾਰ ਜੀ ਦੀ ਕਸਮ ਸੱਚੀ ਕਹਿੰਦਾ ਪਿਆ ਅੱਗ ਲੱਗੀ ਪਈ ਹੈ ਮੇਰੇ ਇਹਨਾਂ ਚੱਪਲਾਂ ਦਾ ਮੈਂ ਨਹੀਂ ਮੱਥੇ ਲੱਗਣਾ ਸ਼ੈਂਟੀ ਤੂੰ ਇੰਨਾ ਗੁੱਸਾ ਨਾ ਕਰਿਆ ਕਰ ਚੱਲ ਚੱਲੀਏ ਆਪਾਂ ਚੱਲ ਹੁਣ ਉਹ ਗਿਫਟ ਤਾਂ ਚੱਕ ਲੈਂਦੇ ਬਾਪੂ ਜੀ ਦਾ ਜੀ ਤਾਂ ਨਹੀਂ ਕਰਦਾ ਸੀ ਪਰ ਕੀ ਕਰਾਂ ਆਓ ਜੀ ਪਾਪਾ ਜੀ ਵਧਾਈਆਂ ਜੀ ਸਾਲਿਆ ਬਾਪੂ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਜੀ ਤੁਹਾਨੂੰ ਵੀ ਵਧਾਈਆਂ ਜੀ ਵਧਾਈਆਂ ਹਾਂ ਬਾਪੂ ਕੱਟ ਕੇਕ ਫਿਰ ਪੈਗ ਵੀ ਲਾਉਣਾ ਬਾਪੂ ਜੀ ਆ ਕਾਕਾ ਉਹ ਸਹੁਰੇ ਅਸਲੀ ਕਦੋਂ ਦਾ ਹੈਗਾ ਬਹੁਤ ਟਾਈਮ ਹੋ ਗਿਆ ਇੱਧਰ ਰੱਖ ਦੇ ਯਾਰ ਇਹ ਲੈ ਮਾਰਤੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਾਪੂ ਖੜ ਜਾ ਬਾਪੂ ਜੀ ਮੈਂ ਇੱਕ ਬਹੁਤ ਵੱਡਾ ਕੰਮ ਕਰਨ ਲੱਗਿਆ ਆਸ਼ੀਰਵਾਦ ਦੋ ਜਿਉਂਦਾ ਰਹਿ ਜਿਉਂਦਾ ਰਹਿ ਬਾਪੂ ਫੂਕਤਾ ਮਾਰਦੇ ਮੋਮਬੱਤੀ ਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬਾਪੂ ਜੀ ਤੁਸੀਂ ਖਾਓ ਯੂ ਬਾਪੂ ਜੀ ਨੇ ਕੇਕ ਖਾ ਲਿਆ ਹਾਂਜੀ ਹਾਂਜੀ ਜੀ ਓ ਸਾਲਾ ਸਾਹਿਬ ਕੱਲਾ ਕੇਕ ਨਾਲੇ ਸਾਰੋ ਕੇ ਜਾਂ ਲੈ ਫਿਰ ਬਾਪੂ
पहला तू ही कर मुंह मिठा। खिलाओ बापू जी नू। आ लो बापू जी, हैप्पी बर्थडे का केक। हाँ जी। Happy birthday to you. Happy birthday to you. Happy birthday to you. Happy birthday to Bapuji. Happy birthday to you. Happy birthday to you. Happy birthday to you. Happy birthday to you, Bapuji. Happy birthday to you. Happy birthday to you. Happy birthday to you. Happy birthday to you. Happy birthday to you, Bapuji. Happy birthday to you. Happy birthday to you. Bapuji, ये ना साड़ी तिन्ना दी प्लानिंग सी। जी जी जी। है ना? बहुत सोना सरप्राइज देना सी सरप्राइज। हाँ थोड़ी बहुत केक बढ़िया लगा। हाँ केक खुश रह करो बस। आई थोनू देख के खुश रह करेंगे। बहुत खुश है पुत्र। काला पाजी ले के आए केक। ऐ जे कम मैं ही करदा जी। एक कट करदा जी। असी तो तैयारी कीती है। सानू कोई पुछदा नहीं पिया। ना ना पुत्र शांति, तेनू की नहीं पुछदे? पुछो भी पुछो इनू। बापू जी यही करदा हुंदा। ओए ओए ओए। ओ लियाओ यार केक तक लाओ। बड़ी भूख लगी है। चले नहीं जाना चाहिए। हाँ हाँ टाइम हो गया ना। काफी टाइम हो गया। कितने बस ना लगे थोड़ी। हाँ हाँ। नहीं आंधी बस नहीं यार। असी नहीं जाते। चलो ठीक है फिर केक खा के जाओ। असी तो वी वी करके जावांगे। ते मैं कहनी है कि हुण असी तैयारी कर लेने हैं खाने खुने दी। केक चको केक चको। ठीक है बापू जी। चल पुत्र चाचू बना लो चाचू बना लो। ठीक है बापू जी तुसी अंदर तैयारी करो कुछ खान पीन दी। मैं कुछ लेके आऊंगी। अपनी भैन ते जीजे नूं छेती तों छेती तों कढ़ा ना प्रबंध कर। मैं नहीं चाहुंदी इन्हां नूं विचों कोई हिस्सा देना। बड़ी मुश्किल दे नाल अज बापू नूं खुश कीता है। अज जिन्नी भी प्लानिंग सी ना सिर्फ अपनी सी। जो भी करना ना छेती कर। तू फिकर ना कर मैं आपे कर लूं सारा कुछ। तेरे जीजे ते भैन दे लच्छा ना मैनूं सही नहीं लगदे। तू फिकर ना कर मैं आपे सांभ सारा कुछ। ਕਿਵੇਂ ਮੁੜੀ ਜੀ ਉੱਕੀ ਬੈਠੇ ਹੋਏ ਹੈ? ਆਏ ਨਹੀਂ ਮਾਰਦਾ ਮੈਂ ਜਿਵੇਂ ਤੁਸੀਂ ਮਾਰਨ ਨੂੰ ਫਿਰਦੇ ਹੋ। ਉਹ ਅਸੀਂ ਕਾਹਨੂੰ ਮਾਰਨ ਨੂੰ ਫਿਰਦੇ? ਤੈਨੂੰ ਹੱਦ ਹੋ ਗਈ ਤੇਰੇ ਲਈ ਵੀ ਬਾਪੂ। ਓਏ ਸਭ ਜਾਣਦਾ ਮੈਂ ਹੈ। ਉਹ ਜਿਹੜੇ ਸਕੂਲ 'ਚ ਤੁਸੀਂ ਪੜ੍ਹੇ ਹੋ ਨਾ ਉੱਥੇ ਮੈਂ ਹੈਡ ਮਾਸਟਰ ਰਹਿ ਚੁੱਕਿਆ। ਨਾਲੇ ਇੱਕ ਗੱਲ ਨਾ ਭੁੱਲਿਓ ਮੈਂ ਪਿਓ ਹਾਂ ਪਿਓ ਤੁਹਾਡਾ। ਕਾਲੇ ਮੈਨੂੰ ਲੱਗਦਾ ਬਾਪੂ ਨੂੰ ਪਤਾ ਲੱਗ ਗਿਆ ਵੀ ਆਪਾਂ ਇਹਨੂੰ ਮਾਰਨ ਨੂੰ ਫਿਰਦੇ ਸੀ। ਮੈਨੂੰ ਵੀ ਲੱਗਦਾ ਸੱਤੇ ਵੀ ਗੱਲ ਬਾਪੂ ਤੱਕ ਪਹੁੰਚ ਗਈ। ਉਹ ਕਮਲਿਓ ਜਿਹੜੇ ਪੈਸੇ ਪਿੱਛੇ ਤੁਸੀਂ ਮੈਨੂੰ ਮਾਰਨ ਨੂੰ ਫਿਰਦੇ ਸੀ ਨਾ ਹੈ ਉਹਦਾ ਪਹਿਲਾਂ ਹੀ ਤੁਹਾਡੇ ਨਾਂ ਕਰਾ ਦਿੱਤੀ। ਇਹ ਆਹ ਦੇਖੋ ਕਾਗਜ਼ ਬੀਮੇ ਵਾਲਾ ਕਾਗਜ਼ ਵੀ ਮੇਰੇ ਮਰਨੇ ਤੋਂ ਬਾਅਦ ਮੇਰੇ ਬੀਮੇ ਦੇ ਪੈਸੇ ਦੇ ਵਾਰਸ ਸੱਤਾ ਤੇ ਕਾਲਾ ਨੇ। ਆ ਦੇਖੋ ਤੁਹਾਡਾ ਨਾਮ ਲਿਖਿਆ ਵਿਆ ਉੱਪਰ। ਬਾਪੂ ਜੀ ਸਾਨੂੰ ਮਾਫ ਕਰ ਦਿਓ ਅਸੀਂ ਲਾਲਚ ਆ ਕੇ ਨਾ ਪਤਾ ਨਹੀਂ ਕੀ ਕਰਨ ਲੱਗੇ ਸੀ। ਬਾਪੂ ਮੈਨੂੰ ਮਾਫ ਕਰ ਦੇ। ਹਾਂ ਬਾਪੂ ਜੀ ਮੈਂ ਹੀ ਲਾਈ ਲੱਗ ਸੀ ਜੋ ਆਪਣੇ ਭਰਾਵਾਂ ਦੇ ਪਿੱਛੇ ਲੱਗ ਗਈ। ਮੈਨੂੰ ਮਾਫ ਕਰ ਦਿਓ ਬਾਪੂ ਜੀ। ਓਏ ਕਮਲਿਓ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਆ ਪਰ ਘਰ ਦੇ ਜੀ ਕਿੱਥੋਂ ਮਿਲਣੇ ਆ ਹੈ। ਮਾਂ ਪਿਓ ਦੇ ਬਜ਼ੁਰਗਾਂ ਦਾ ਆਦਰ ਮਾਨ ਕਰਿਆ ਕਰੋ। ਉਹ ਤਾਂ ਹੀ ਘਰੇ ਰੌਣਕਾਂ ਰਹਿੰਦੀਆਂ ਨੇ ਹੈ। ਹਾਂ ਇਹ ਗੱਲ ਸਹੀ ਹੈ ਬਾਪੂ। ਇਹ ਆ ਫੜੋ ਕਾਗਜ਼ ਅੱਜ ਤੋਂ ਬਾਅਦ ਮੇਰੀ ਸਾਰੀ ਜਾਇਦਾਦ ਦੇ ਵਾਰਸ ਉਹ ਤੁਸੀਂ ਹੋ ਪੁੱਤਰ। ਓ ਮੇਰੀ ਮੁੱਕੀ ਓ ਮੇਰੀ
ਸਾਡੇ ਨਾਲ ਲਾ ਲੈ ਯਾਰੀ ਹਰ ਟੈਨਸ਼ਨ ਦੂਰ ਕਰਾਂਗੇ।